YouTube ਚੈਨਲ ਸ਼ੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA 5th ਸਮੈਸਟਰ ਫਿਜ਼ੀਕਲ ਐਜੂਕੇਸ਼ਨ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਇਸ ਤਰ੍ਹਾਂ ਹਨ ਇਸ ਦੇ ਵਿੱਚ ਤੁਹਾਡੇ ਯੂਨਿਟਸ ਜਿਸ ਤਰ੍ਹਾਂ ਸਿਲੇਬਸ ਹੈ ਉਸੇ ਤਰ੍ਹਾਂ ਹੀ ਇਹ ਕੁਐਸਚਨ ਤਿਆਰ ਕੀਤੇ ਗਏ ਹਨ ਇਹ ਉਹਨਾਂ ਦੇ ਅਕੋਰਡਿੰਗ ਹੀ ਤੁਸੀਂ ਆਪਣਾ ਪੇਪਰ ਦੀ ਤਿਆਰੀ ਕਰ ਸਕਦੇ ਹੋ ਇਸ ਤੋਂ ਪਹਿਲਾਂ ਇਹ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਅਪਲੋਡ ਕਰ ਦਿੱਤੇ ਗਏ ਹਨ ਉਥੋਂ ਇੰਗਲਿਸ਼ మీడియం ਦੇ ਸਟੂਡੈਂਟਸ ਦੇਖ ਸਕਦੇ ਹਨ ਇਸ ਤੋਂ ਇਲਾਵਾ ਪੰਜਾਬੀ మీడియం ਦੇ ਵਿੱਚ ਵੀ ਇੱਥੇ ਕਈ ਕੁਐਸਚਨਸ ਦੇ ਵਿੱਚ ਕਨਫਿਊਜ਼ਨ ਹੋਵੇ ਤਾਂ ਤੁਸੀਂ ਉਹ ਇੰਗਲਿਸ਼ మీడియం ਦਾ ਜ਼ਰੂਰ ਦੇਖ ਲੈਣਾ ਕਿਉਂਕਿ ਇਸੇ ਤਰ੍ਹਾਂ ਹੀ ਤੁਹਾਡੇ ਕੁਐਸਚਨ ਪੇਪਰ ਦੇ ਵਿੱਚ ਵੀ ਕਨਫਿਊਜ਼ਨ ਹੋ ਸਕਦੀ ਹੈ ਉਦੋਂ ਵੀ ਤਿੰਨੋਂ మీడియం ਦੇ ਪੇਪਰ ਤੁਹਾਨੂੰ ਇਕੱਠੇ ਹੀ ਦਿੱਤੇ ਜਾਣਗੇ ਉਥੋਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾ ਹੈ ਯੂਨਿਟ 1 ਜਿਸ ਦੇ ਵਿੱਚ ਸ਼ਾਰਟ ਕੁਐਸਚਨਸ ਆਣੇ ਹਨ ਉਸ ਤੋਂ ਬਾਅਦ ਸੈਕੰਡ ਯੂਨਿਟ ਤੋਂ ਲੈ ਕੇ 5th ਯੂਨਿਟ ਤੱਕ ਲੌਂਗ ਕੁਐਸਚਨਸ ਹੋਣਗੇ ਹਰ ਇੱਕ ਯੂਨਿਟ ਦੇ ਵਿੱਚੋਂ ਦੋ ਕੁਐਸਚਨ ਲੌਂਗ ਪੁੱਛੇ ਜਾਣਗੇ ਜਿਸ ਦਾ ਤੁਸੀਂ ਇੱਕ ਦਾ ਆਨਸਰ ਦੇਣਾ ਹੋਵੇਗਾ। ਔਰ ਫਸਟ ਯੂਨਿਟ ਦੇ ਵਿੱਚ ਸ਼ਾਰਟ ਕੁਐਸਚਨਸ ਹੋਣਗੇ ਜੋ ਕਿ ਸਾਰੇ ਹੀ ਜ਼ਰੂਰੀ ਹੋਣਗੇ। 6 ਕੁਐਸਚਨਸ ਦਾ ਤੁਸੀਂ ਆਨਸਰ ਇਸ ਦਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਇੱਥੋਂ ਦੇਖ ਸਕਦੇ ਹੋ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ। ਹਾਂਜੀ ਸਭ ਤੋਂ ਪਹਿਲਾ ਹੈ ਯੂਨਿਟ 1 ਸ਼ਾਰਟ ਕੁਐਸਚਨਸ ਮਨੋਰੰਜਨ ਦੀ ਪ੍ਰਵਿਹਾਸ਼ਾ ਦਿਓ। ਰੀਕ੍ਰिएशन ਇਥੇ ਮਨੋਰੰਜਨ ਤੋਂ ਪਾਪ ਨੈਕਸਟ ਹੈ ਦੋ ਕਿਸਮ ਦੇ ਕੈਂਪਾਂ ਦੇ ਨਾਮ ਦੱਸੋ ਐਂਡ ਦੈਨ ਸਕੋਲੀਓਸਿਸ ਨੂੰ ਪਰਿਭਾਸ਼ਿਤ ਕਰੋ ਨੈਕਸਟ ਹੈ ক্রিকেট ਤੋਂ ਇੱਕ ਅਰਜਨ ਅਵਾਰਡੀ ਦਾ ਨਾਮ ਦੱਸੋ ਐਂਡ ਦੈਨ ক্রিকেট ਦੀ ਖੇਡ ਵਿੱਚ ਅਰਜਨ ਪੁਰਸਕਾਰ ਜੇਤੂਆਂ ਦੇ ਨਾਮ ਐਂਡ ਨੈਕਸਟ ਹੈ ਕਿਸੇ ਪਲੇ ਦੀਆਂ ਦੋ ਥਿਉਰੀਆਂ ਦੇ ਨਾਮ ਦੱਸੋ ਨੈਕਸਟ ਪਲੇ ਦੇ ਅਰਥ ਸੰਖੇਪ ਵਿੱਚ ਦੱਸੋ ਐਂਡ ਦੈਨ ਕੈਂਪ ਦਾ ਉਦੇਸ਼ ਕੀ ਹੈ ਐਂਡ ਨੈਕਸਟ ਮ사ਜ ਕੀ ਹੈ ਐਂਡ ਦੈਨ ਮ사ਜ ਨੂੰ ਪਰਿਭਾਸ਼ਿਤ ਕਰੋ ਐਂਡ ਨੈਕਸਟ ਮ사ਜ ਦੇ ਦੋ ਫਾਇਦੇ ਦੱਸੋ ਐਂਡ ਦੈਨ ਟੂਰਨਾਮੈਂਟ ਕੀ ਹੈ ਐਂਡ ਨੈਕਸਟ ਟੂਰਨਾਮੈਂਟ ਦੀ ਕਿਸਮ ਦੇ ਸੁਮੇਲ ਨੂੰ ਸੂਚੀਬੱਧ ਕਰੋ ਐਂਡ ਨੈਕਸਟ ਕ੍ਰਿਕਟ ਦਾ ਮੁੱਖ ਟੂਰਨਾਮੈਂਟ ਲਿਖੋ ਐਂਡ ਨੈਕਸਟ ਆਸਨ ਨੂੰ ਪਰਿਭਾਸ਼ਿਤ ਕਰੋ ਐਂਡ ਦੈਨ ਚਾਰ ਪੋਸਚਰ ਦੇ ਚਾਰ ਕਾਰਨ ਦੱਸੋ ਚੰਗਾ ਪੋਸਚਰ ਕੀ ਹੈ ਐਂਡ ਨੈਕਸਟ ਅੰਤਰ ਮਿਊਰਲ ਮੁਕਾਬਲੇ ਦਾ ਇੱਕ ਫਾਇਦਾ ਦਿਓ ਐਂਡ ਦੈਨ ਮੋਟਾਪਾ ਐਂਡ ਨੈਕਸਟ ਕੁਐਸਚਨ ਮੋਟਾਪੇ ਦੀ ਵਿਆਖਿਆ ਕਰੋ ਐਂਡ ਨੈਕਸਟ ਫਲੈਟ ਪੈਰ ਉਸ ਤੋਂ ਬਾਅਦ ਕ੍ਰਿਕਟ ਦਾ ਉਦੇਸ਼ ਐਂਡ THEN ਨੌਕਆਊਟ ਟੂਰਨਾਮੈਂਟ ਬਾਰੇ ਦੱਸੋ ਐਂਡ ਨੈਕਸਟ ਕਿਸੇ ਪਲੇ ਦੇ ਬਾਧੂ ਊਰਜਾ ਸਿਧਾਂਤ ਬਾਰੇ ਸੰਖੇਪ ਵਿੱਚ ਲਿਖੋ ਐਂਡ ਨੈਕਸਟ ਹੈ ਲੀਗ ਟੂਰਨਾਮੈਂਟ ਦੇ ਨੁਕਸਾਨਾਂ ਦੀ ਵਿਆਖਿਆ ਕਰੋ ਐਂਡ THEN ਐਥਲੈਟਿਕ ਮੀਟ ਵਿੱਚ ਸਾਰੇ ਜੰਪਿੰਗ ਅਤੇ ਥਰੋਇੰਗ ਇਵੈਂਟਸ ਦੇ ਨਾਮ ਦੱਸੋ ਐਂਡ ਨੈਕਸਟ ਕੁਐਸਚਨ ਫਲੈਟ ਪੈਰਾਂ ਲਈ ਕਸਰਤਾਂ ਬਾਰੇ ਦੱਸੋ ਐਂਡ ਨੈਕਸਟ ਅਰਜੁਨ ਐਵਾਰਡੀ ਮਹਿਲਾ ਖਿਡਾਰੀਆਂ ਦੇ ਨਾਮ ਦੱਸੋ ਯੂਨਿਟ 2 ਲੰਬੇ ਕੁਐਸਚਨਸ ਸੋਨਾ ਟੀਮਾਂ ਲਈ ਨੌਕਆਊਟ ਫਿਕਸਚਰ ਡਰਾ ਕਰੋ ਐਂਡ ਨੈਕਸਟ ਖੇਡ ਦੇ ਸਿਧਾਂਤ ਅਤੇ ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਉਹਨਾਂ ਦੀ ਮਹੱਤਤਾ ਬਾਰੇ ਦੱਸੋ ਐਂਡ ਨੈਕਸਟ ਕੈਂਪਸ ਦੇ ਉਦੇਸ਼ਾਂ ਦੀ ਵਿਆਖਿਆ ਕਰੋ ਐਂਡ ਦੈਨ ਖੇਡ ਨੂੰ ਪਰਿਭਾਸ਼ਿਤ ਕਰੋ ਅਤੇ ਖੇਡ ਦੇ ਸਿਧਾਂਤਾਂ ਦੀ ਵਿਆਖਿਆ ਕਰੋ ਐਂਡ ਨੈਕਸਟ ਖੇਡ ਦੇ ਸਿਧਾਂਤ ਅਤੇ ਖੇਡਾਂ ਵਿੱਚ ਉਹਨਾਂ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਲਿਖੋ ਐਂਡ ਨੈਕਸਟ ਕੁਐਸਚਨ ਆਧੁਨਿਕ ਸਮਾਜ ਵਿੱਚ ਮਨੋਰੰਜਨ ਦਾ ਕੀ ਮਹੱਤਵ ਹੈ ਐਂਡ ਦੈਨ ਮਨੋਰੰਜਨ ਅਤੇ ਮਨੋਰੰਜਕ ਗਤੀਵਿਧੀਆਂ ਦੇ ਅਰਥ ਵਿਸ਼ੇਸ਼ਤਾਵਾਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਲਿਖੋ ਐਂਡ ਨੈਕਸਟ ਕੁਐਸਚਨ ਮਨੋਰੰਜਨ ਰੀਕਰੀਏਸ਼ਨ ਦੀਆਂ ਆਰਥ ਵਿਸ਼ੇਸ਼ਤਾਵਾਂ ਅਤੇ ਕਿਸਮਾਂ ਨੂੰ ਲਿਖੋ ਐਂਡ ਦੈਨ ਖੇਡ ਦੇ ਵੱਖ-ਵੱਖ ਸਿਧਾਂਤਾਂ ਦੀ ਵਿਆਖਿਆ ਕਰੋ ਨੈਕਸਟ ਕੁਐਸਚਨ ਹੈ ਯੂਨਿਟ 3 ਸੌਰੀ 3rd ਯੂਨਿਟ ਹੈ ਜਿਸ ਦੇ ਵਿੱਚ ਨੈਕਸਟ ਕੁਐਸਚਨ ਖੇਡ ਦੇ ਸਿਧਾਂਤਾਂ ਨੂੰ ਵਿਸਤਾਰ ਵਿੱਚ ਸਮਝਾਓ ਐਂਡ ਦੈਨ ਆਧੁਨਿਕ ਸਮਾਜ ਵਿੱਚ ਮਨੋਰੰਜਨ ਦੇ ਕੀ ਮਹੱਤਵ ਹਨ ਐਂਡ ਦੈਨ ਕੈਂਪ ਦਾ ਸੰਗਠਨ ਕੀ ਹੈ ਕੈਂਪ ਦੇ ਸੰਗਠਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਵਿਆਖਿਆ ਕਰੋ ਐਂਡ ਨੈਕਸਟ ਕੁਐਸਚਨ ਕੈਂਪਸ ਦੇ ਉਦੇਸ਼ ਕੀ ਹਨ ਐਂਡ ਦੈਨ ਐਥਲੈਟਿਕ ਮੀਟ ਦੀ ਮਹੱਤਤਾ ਬਾਰੇ ਦੱਸੋ ਐਂਡ ਨੈਕਸਟ ਕੁਐਸਚਨ ਤੁਸੀਂ ਕਾਲਜ ਵਿੱਚ ਐਥਲੈਟਿਕ ਮੀਟ ਦਾ ਆਯੋਜਨ ਕੰਡਕਟ ਅਤੇ ਆਯੋਜਨ ਆਰਗੇਨਾਈਜ਼ ਕਿਵੇਂ ਕਰੋਗੇ ਇੱਥੇ ਕੰਡਕਟ ਤੇ ਆਰਗੇਨਾਈਜ਼ ਦੋਨਾਂ ਦਾ ਪੰਜਾਬੀ ਦੇ ਵਿੱਚ ਆਯੋਜਨ ਸ਼ਬਦ ਆਇਆ ਹੈ ਟ੍ਰਾਂਸਲੇਟ ਕਰਨ ਤੋਂ ਬਾਅਦ ਇਸੇ ਤਰ੍ਹਾਂ ਹੀ ਤੁਹਾਡੇ ਪੇਪਰ ਦੇ ਵਿੱਚ ਗਲਤੀ ਹੋ ਸਕਦੀ ਹੈ ਉਦੋਂ ਤੁਸੀਂ ਇਹ ਜ਼ਰੂਰ ਇੰਗਲਿਸ਼ మీడియం ਦਾ ਨਾਲ ਦੇਖਣਾ ਨਹੀਂ ਤਾਂ ਤੁਹਾਡੇ ਮਾਰਕਸ ਕੱਟ ਦਿੱਤੇ ਜਾਣਗੇ ਜੇ ਤੁਸੀਂ ਆਯੋਜਨ ਦਾ ਤੁਸੀਂ ਇੱਕੋ ਹੀ ਦੇ ਦਿੱਤਾ ਗਿਆ ਤਾਂ ਆਨਸਰ ਐਂਡ ਨੈਕਸਟ ਹੈ 11 ਟੀਮਾਂ ਲਈ ਇੱਕ ਸਿੰਗਲ ਨੌਕ ਆਊਟ ਫਿਕਸਚਰ ਡਰਾ ਕਰੋ ਅਤੇ ਸਿੰਗਲ ਨੌਕ ਆਊਟ ਟੂਰਨਾਮੈਂਟ ਦੇ ਗੁਣ ਅਤੇ ਨੁਕਸਾਨ ਲਿਖੋ ਐਂਡ ਨੈਕਸਟ ਹੈ ਨੌਕ ਆਊਟ بیس ਵਿੱਚ 17 ਟੀਮਾਂ ਦਾ ਮੈਚ ਡਰਾ ਕਰੋ ਸਲਾਨਾ ਐਥਲੈਟਿਕਸ ਮੀਟ ਦੇ ਆਯੋਜਨ ਬਾਰੇ ਵਿਸਥਾਰ ਵਿੱਚ ਦੱਸੋ ਐਂਡ ਨੈਕਸਟ ਲੀਗ ਟੂਰਨਾਮੈਂਟ ਲਈ 7 ਟੀਮਾਂ ਦਾ ਫਿਕਸਚਰ ਬਣਾਓ ਐਂਡ ਦੈਨ ਸਲਾਨਾ ਐਥਲੈਟਿਕਸ ਮੀਟਿੰਗਾਂ ਦੇ ਸੰਚਾਲਨ ਲਈ ਵੱਖ-ਵੱਖ ਪੜਾ ਲਿਖੋ ਐਂਡ ਨੈਕਸਟ ਹੈ ਇਨਫਰਾ ਨੈቲክ ਅਤੇ ਵਾਧੂ ਭੋਜਨ ਨੈਤਿਕ ਦੇ ਅਰਥ ਲਿਖੋ ਐਂਡ ਨੈਕਸਟ ਇੰਟਰਾਮੂਰਲ ਅਤੇ ਐਕਸਟਰਾਮੂਰਲ ਦੀ ਮਹੱਤਤਾ ਨੂੰ ਵਿਸਥਾਰ ਵਿੱਚ ਦੱਸੋ ਐਂਡ ਨੈਕਸਟ ਕੈਂਪ ਦੀਆਂ ਕਿਸਮਾਂ ਅਤੇ ਕੈਂਪ ਦੀ ਸਿੱਖਿਆ ਮੂਲਾਂ ਨੂੰ ਵਿਸਥਾਰ ਵਿੱਚ ਲਿਖੋ ਐਂਡ ਨੈਕਸਟ ਹੈ ਯੂਨਿਟ 4 ਮਾੜੀ ਸਥਿਤੀ ਬੈਡ ਪੋਸਚਰ ਦੇ ਕਾਰਨਾਂ ਤੇ ਉਪਚਾਰਕ ਉਪਾਅਾਂ ਬਾਰੇ ਦੱਸੋ ਐਂਡ ਨੈਕਸਟ ਮੋਟਾਪਾ ਕੀ ਹੈ ਮੋਟਾਪੇ ਨਾਲ ਜੁੜੀਆਂ ਆਮ ਸਮੱਸਿਆਵਾਂ ਬਾਰੇ ਦੱਸੋ ਐਂਡ THEN ਪੋਸਚਰ ਵਿਕਾਰ ਹਾਈਪੋਸੀਸਿਸ ਸਕੋਲੀਓਸਿਸ ਅਤੇ ਫਲੀਟ ਫੁੱਟ ਦੀ ਵਿਆਖਿਆ ਕਰੋ ਅਤੇ ਉਹਨਾਂ ਦੇ ਇਲਾਜ ਦੇ ਉਪਾਅ ਵੀ ਦਿਓ ਐਂਡ THEN ਮੋਟਾਪੇ ਦੇ ਕਾਰਨਾਂ ਅਤੇ ਉਪਚਾਰਕ ਉਪਾਅਾਂ ਬਾਰੇ ਦੱਸੋ ਐਂਡ THEN ਮੁੱਖ ਆਸਣ ਸੰਬੰਧੀ ਵਿਗਾੜ ਅਤੇ ਉਹਨਾਂ ਦੇ ਕਾਰਨ ਅਤੇ ਉਪਚਾਰਕ ਉਪਾਅ ਲਿਖੋ ਐਂਡ ਨੈਕਸਟ ਹੈ ਮੋਟਾਪੇ ਦੇ ਸਿਹਤ ਸੰਬੰਧੀ ਜੋਖਮ ਕਰਕੇ ਮੋਟਾਪੇ ਦੇ ਉਪਚਾਰਕ ਉਪਾਅਾਂ ਬਾਰੇ ਦੱਸੋ ਐਂਡ ਨੈਕਸਟ ਮੋਟਾਪਾ ਕੀ ਹੈ ਮੋਟਾਪੇ ਨਾਲ ਜੁੜੀਆਂ ਆਮ ਸਮੱਸਿਆਵਾਂ ਬਾਰੇ ਦੱਸੋ ਐਂਡ ਨੈਕਸਟ ਕੁਐਸਚਨ ਆਸਣ ਦਾ ਕੀ ਅਰਥ ਹੈ ਆਸਣ ਦੀਆਂ ਕਿਸਮਾਂ ਲਿਖੋ ਲਾਰ ਡੋਸਿਸ ਅਤੇ ਸਕੋਲੀਓਸਿਸ ਅਤੇ ਉਹਨਾਂ ਦੇ ਕਾਰਨਾਂ ਨੂੰ ਪਰਿਭਾਸ਼ਿਤ ਕਰੋ ਐਂਡ ਨੈਕਸਟ ਕੁਐਸਚਨ ਹੈ ਮੋਟਾਪੇ ਦੇ ਕਾਰਨ ਰੋਕਥਾਮ ਅਤੇ ਉਪਚਾਰਕ ਉਪਾ ਵਿਸਤਾਰ ਵਿੱਚ ਦੱਸੋ ਐਂਡ ਨੈਕਸਟ ਸਰੀਰ ਦੀ ਰਚਨਾ ਅਤੇ ਬੁਢਾਪੇ ਤੇ ਸਰੀਰਕ ਗਤੀਵਿਧੀਆਂ ਦੇ ਪ੍ਰਭਾਵਾਂ ਦੀ ਵਿਆਖਿਆ ਕਰੋ ਐਂਡ ਦੈਨ ਵੱਖ-ਵੱਖ ਕਿਸਮਾਂ ਦੇ ਆਸਣ ਸੰਬੰਧੀ ਵਿਗਾੜਾ ਨੂੰ ਵਿਸਤਾਰ ਵਿੱਚ ਦੱਸੋ ਐਂਡ ਨੈਕਸਟ ਕੁਐਸਚਨ ਮੋਟਾਪੇ ਨਾਲ ਜੁੜੇ ਕਈ ਤਰ੍ਹਾਂ ਦੇ ਸਿਹਤ ਸੰਬੰਧੀ ਜੋਖਮਾਂ ਨੂੰ ਲਿਖੋ ਲਾਸਟ ਯੂਨਿਟ 5th ਜਿਸ ਦੇ ਵਿੱਚ ਕੁਐਸਚਨਸ ਹੈ ਮ사ਜ ਦੇ ਸਿਧਾਂਤ ਅਤੇ ਦਿਸ਼ਾ ਨਿਰਦੇਸ਼ ਲਿਖੋ ਐਂਡ ਨੈਕਸਟ ਕੁਐਸਚਨ ক্রিকেট ਦੇ ਇਤਿਹਾਸ ਅਤੇ ਬੁਨਿਆਦੀ ਗੱਲਾਂ ਦੀ ਵਿਆਖਿਆ ਕਰੋ ਐਂਡ ਨੈਕਸਟ ਮ사ਜ ਦੇ ਸਿਧਾਂਤਾਂ ਦੀ ਵਿਆਖਿਆ ਕਰੋ ਐਂਡ ਦੈਨ ਮ사ਜ ਕੀ ਹੈ ਮ사ਜ ਦੇ ਸਿਧਾਂਤਾਂ ਬਾਰੇ ਵਿਸਥਾਰ ਵਿੱਚ ਲਿਖੋ ਇਹ ਕੁਐਸਚਨ ਹੋਲਡ ਕਰਕੇ ਪਾਇਆ ਗਿਆ ਐਂਡ ਦੈਨ ਮ사ਜ ਦੀਆਂ ਕਿਸਮਾਂ ਅਤੇ ਉਹਨਾਂ ਦੇ ਫਾਇਦੇ ਬਾਰੇ ਦੱਸੋ ਐਂਡ ਨੈਕਸਟ ਹੈ ਚਮੜੀ ਦੇ ਖੂਨ ਸੰਚਾਰ ਅਤੇ ਦਿਮਾਗੀ ਪ੍ਰਣਾਲੀ ਤੇ ਮ사ਜ ਦੇ ਵੱਖ-ਵੱਖ ਪ੍ਰਭਾਵਾਂ ਬਾਰੇ ਦੱਸੋ ਐਂਡ ਨੈਕਸਟ ਕ੍ਰਿਕਟ ਦੇ ਵੱਖ-ਵੱਖ ਨਿਯਮਾਂ ਦੀ ਵਿਆਖਿਆ ਕਰੋ ਐਂਡ THEN ਕ੍ਰਿਕਟ ਦੇ ਮੂਲ ਕੀ ਹਨ ਵਿਸਤਾਰ ਵਿੱਚ ਲਿਖੋ ਅਤੇ ਕ੍ਰਿਕਟ ਦੇ ਪ੍ਰਮੁੱਖ ਟੂਰਨਾਮੈਂਟ ਦੀ ਸੂਚੀ ਬਣਾਓ ਐਂਡ THEN ਕ੍ਰਿਕਟ ਦੇ ਮੂਲ ਅਤੇ ਮਾਰਕਿੰਗ ਲੇਆਉਟ ਦੀ ਵਿਆਖਿਆ ਕਰੋ ਐਂਡ ਨੈਕਸਟ ਹੈ ਕ੍ਰਿਕਟ ਮੈਦਾਨ ਦਾ ਖਾਕਾ ਬਣਾਓ ਐਂਡ THEN ਕ੍ਰਿਕਟ ਦੇ ਸੰਖੇਪ ਅਤੇ ਇਸ ਦੀ ਵਿਆਖਿਆ ਕਰੋ ਇਸ ਦੇ ਪ੍ਰਮੁੱਖ ਟੂਰਨਾਮੈਂਟ ਦੇ ਨਾਮ ਦੱਸੋ ਹਾਂਜੀ ਸਟੂਡੈਂਟਸ ਇਹ ਸਾਰੇ ਕੁਐਸਚਨਸ ਸੰਗੀ ਤਰ੍ਹਾਂ ਤਿਆਰ ਕਰ ਲਿਓ ਇਸ ਦੇ ਵਿੱਚੋਂ ਅਹੀਂ ਤੁਹਾਡਾ ਪੇਪਰ ਆਣਾ ਹੈ ਕੁਐਸਚਨ ਮੋਲਡ ਕਰਕੇ ਪਾਈ ਜਾ ਸਕਦੇ ਹੈ ਉਸ ਨੂੰ ਤੁਸੀਂ ਸਮਝਣਾ ਹੋਵੇਗਾ ਔਰ ਸਾਰੇ ਪੇਪਰਸ ਦੀ ਤਿਆਰੀ ਤੁਸੀਂ ਇੱਥੋਂ ਹੀ ਕਰ ਸਕਦੇ ਹੋ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਵੀ ਤੁਹਾਨੂੰ ਪੰਜਾਬੀ ਔਰ ਇੰਗਲਿਸ਼ ਮੀਡੀਅਮ ਦੇ ਵਿੱਚ ਮਿਲ ਜਾਣਗੇ ਕੁਝ ਹਿੰਦੀ ਮੀਡੀਅਮ ਦੇ ਵਿੱਚ ਵੀ ਇਹ ਅਪਲੋਡ ਕਰ ਦਿੱਤੇ ਗਏ ਹਨ ਬਾਕੀ ਜੇ ਤੁਹਾਨੂੰ ਕੋਈ ਹੋਰ ਜ਼ਰੂਰਤ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ ਪਰਮਾਤਮਾ ਤੁਹਾਡੇ ਨਾਲ ਹੈ ਮੇ ਗੋਡਸ ਗਾਈਡੈਂਸ ਬੀ ਵਿਦ ਯੂ ਡਿਊਰਿੰਗ ਦਾ ਐਗਜ਼ਾਮ ਐਂਡ ਮੇ ਯੂ ਬੀ ਏਬਲ ਟੂ ਆਨਸਰ ਈਚ ਕੁਐਸਚਨ ਕਰੈਕਟਲੀ ਮਾਈ ਪ੍ਰੇਅਰਸ ਐਂਡ ਬਲੇਸਿੰਗਸ ਆਰ ਵਿਦ ਯੂ ਥੈਂਕ ਯੂ ਸੋ ਮੱਚ